मैं मेरे ते गाना लिख रही कैटरीना तो सोनी प्यार होना बहुत जरूरी है। मतलब जेड़े वही गल के जेड़े इंसान नु कदे प्यार नहीं होया वो आया ना आया एक बराबर ही है। सुना दे मैं फील होके तुम्हारे ना प्यार थोड़े मैं कलाकार बनूंगी। मैं अपनी कला करके जानी जाऊंगी, ना कि कल्ली खूबसूरती करके, ना कि कल्ले पैसे करके, मेरी कला करके। मुझे लगता है जिन्नू जिंदगी च प्यार नहीं होया ना देखो तो बस दिल की मोहब्बत, आशिक की औकात ना देखो। Dial a phone to one of my friend, जो भी अवेलेबल हुए, आई आस्क आर यू अवेलेबल, आई जस्ट वॉन्ट टू वेंट आउट। मतलब मैंने बहुत स्ट्रेस हो गया है, कोई बस सुन लो मैंने दो मिनट ले। सो इफ दे से नो वी आर बिजी और एट वर्क, देन आई जस्ट डिसकनेक्ट द फोन। और इफ समबडी से हाँ हाँ है टाइम टू बता, डोंट वरी, फिर मैं पूरी गल सुना दें देन आई फील ओके नाउ बेटर। इट्स वेरी वेरी रेयर पीपल इन माई लाइफ, आई लिटरली हैव कपल ऑफ पीपल, आई मीन countable on my fingers, so but they are very close to me and I'm open with very limited people, but mein apna apne aap ko kaam kar raha hu. Bina quick meditation is ki call laga ke I talk to someone. Main mere te gana likh rahe ji ve ode chanda na tu Katrina to Sony se mere te gana likh raha ta. Main ek inna di film layi ek gana kita si, main ek inna di film honi hai oye makhna, ਤੇ ਉਹਦੇ 'ਚ ਮੈਂ ਇੱਕ ਗਾਣਾ ਬਸ ਤਾਨੀ ਨੂੰ ਸੋਚ ਕੇ ਲਿਖਿਆ, ਤੇ ਉਹ ਤਾਨੀਆ ਤੇ ਹੀ ਆ ਗਾਣਾ, ਤਾਨੀਆ ਤੇ ਐਮੀ ਵੀਰੇ ਉਹਨਾਂ ਨੇ ਫੀਚਰ ਕੀਤਾ ਉਹਦੇ 'ਚ, ਤੇ ਹਾਂ ਗਾਣਾ ਬਹੁਤ ਸੋਹਣਾ। ਹਾਂ ਮੈਂ ਕਿਤੇ ਕਹਿੰਦੇ ਨਾ ਹਾਂ, ਤੇ ਬਸ ਉਹ ਇੱਕ ਮੈਨੂੰ ਤੇ ਗਾਣਾ ਲਿਖ ਰਿਹਾ ਬੇਸਿਕਲੀ। ਮੈਨੂੰ ਲੱਗਦਾ ਕਿ ਮੈਂ ਜਦੋਂ ਮੈਨੂੰ ਥੋੜ੍ਹਾ ਜਿਹਾ ਵੀ ਸਟ੍ਰੈਸ ਹੁੰਦਾ ਤੇ ਮੈਂ ਉਸੇ ਸਿਚੁਏਸ਼ਨ ਨੂੰ ਫੜ ਕੇ ਲਿਖ ਲੈਂਦਾ ਤੇ ਆਪਣੇ ਆਪ ਨੂੰ ਰਿਲੈਕਸ ਕਰ ਲਈਦਾ। ਇੱਦਾਂ ਕਦੇ ਵੀ ਨਹੀਂ ਹੋਇਆ ਕਿ ਮੈਨੂੰ ਕੁਛ ਲੱਭ ਨਹੀਂ ਰਿਹਾ ਕਿ ਮੈਂ ਕੀ ਲਿਖਾਂ, ਪਰ ਲਿਖਿਆ ਜਾਂਦਾ। ਮੈਂ ਨਾ ਸ਼ੁਰੂ ਤੋਂ ਕਲਾਕਾਰ ਰਹੀ ਹਾਂ, ਮੈਨੂੰ ਹਮੇਸ਼ਾ ਤੋਂ ਐਸੀ ਵੀ ਮੇਰਾ ਕਲਾਕਾਰੀ 'ਚ ਬਹੁਤ ਨਾਮ ਹੋਇਆ। ਮੈਂ ਛੋਟੇ ਹੁੰਦੇ ਕਿਤਾਬਾਂ ਜਿਹੀਆਂ ਪੜ੍ਹੀਆਂ, ਉਹਦੇ 'ਚ ਮੈਂ ਉਹ ਵੀ ਪੇਂਟਰਸ ਪੜ੍ਹੇ ਨੇ ਜਿਨ੍ਹਾਂ ਦੀ ਪੇਂਟਿੰਗਸ ਵਿਕਦੀਆਂ ਨਹੀਂ ਬਟ ਉਹ ਕਲਾਕਾਰ ਨੇ। ਮੈਂ ਉਹ ਵੀ ਪੋਇਟ ਪੜ੍ਹੇ ਜਿਨ੍ਹਾਂ ਦੀ ਪੋਇਟਰੀ ਵਿਕਦੀ ਨਹੀਂ ਪਰ ਉਹ ਕਲਾਕਾਰ ਨੇ। ਸੋ ਮੈਨੂੰ ਕਲਾਕਾਰੀ ਇੰਪ੍ਰੈਸ ਕਰਦੀ ਸੀ ਹਮੇਸ਼ਾ ਵੀ ਮੈਂ ਕਲਾਕਾਰ ਬਣੂੰਗੀ, ਮੈਂ ਆਪਣੀ ਕਲਾ ਕਰਕੇ ਜਾਣੀ ਜਾਊਂਗੀ, ਨਾ ਕਿ ਇਕੱਲੀ ਖੂਬਸੂਰਤੀ ਕਰਕੇ, ਨਾ ਕਿ ਇਕੱਲੇ ਪੈਸੇ ਕਰਕੇ, ਮੇਰੀ ਕਲਾ ਕਰਕੇ। ਉਹ ਚੀਜ਼ ਪੋਲਿਸ਼ ਕਰਨ ਲਈ ਮੈਂ ਡਾਂਸ ਕਲਾਸਿਸ ਕੀਤੀਆਂ, ਮੈਂ ਐਕਟਿੰਗ ਕਰਦੀ ਰਹੀ, ਥੀਏਟਰ ਕਰਦੀ ਰਹੀ, ਐਂਡ ਅੱਜ ਮੈਨੂੰ ਉਸ ਚੀਜ਼ ਦੀ ਖੁਸ਼ੀ ਹੈ ਵੀ ਮੈਂ ਕਲਾਕਾਰੀ ਕਰਕੇ ਜਾਣੀ ਜਾਂਦੀ। ਹੁਣ ਉਹਦਾ ਫੀਲ ਕੀ ਹੈ, ਜਦੋਂ ਤੁਹਾਨੂੰ ਘੱਟ ਲੋਕ ਕੇ ਜਾਂਦੇ ਹੁੰਦੇ ਹੋ ਉਦੋਂ ਤੁਹਾਡੇ 'ਤੇ ਬਰਡਨ ਥੋੜ੍ਹਾ ਘੱਟ ਹੁੰਦਾ, ਜਿੱਦਾਂ ਜਿੱਦਾਂ ਤੁਹਾਡਾ ਸਕੋਪ ਖੁੱਲਦਾ ਰਹਿੰਦਾ ਹੈ, ਤੁਹਾਨੂੰ ਲੋਕ ਵੱਧ ਵੇਖਦੇ ਹੋ, ਤੁਹਾਡੇ 'ਤੇ ਬਰਡਨ ਵੱਧ ਆ ਜਾਂਦਾ। ਸੋ ਆਈ ਬਿਲੋਂਗ ਟੂ ਅ ਫੈਮਲੀ ਵਿਚ ਇਜ਼ ਵੈਲ ਐਜੂਕੇਟਡ, ਐਂਡ ਉਹਨਾਂ ਨੂੰ ਪਤਾ ਹੈ ਕਿ ਵਟ ਆਰ ਦਾ ਪ੍ਰੋਜ਼ ਐਂਡ ਕੌਨਸ ਆਫ ਐਵਰੀਥਿੰਗ, ਕਿ ਜੇ ਅਸੀਂ ਇੱਕਦਮ, ਬਿਕੋਜ਼ ਆਈ ਐਮ ਆਲਸੋ ਇਨ ਅ ਯੰਗ ਏਜ, ਸੋ ਦੇ ਨੋ ਹਾਊ ਟੂ ਹੈਂਡਲ ਮੀ। ਯੈਸ, ਐਵਰੀ ਪਾਸਿੰਗ ਡੇ ਆਈ ਫੀਲ ਮੋਰ ਗਰੇਟਫੁਲ, ਆਈ ਫੀਲ ਮੋਰ ਬਲੈਸਡ, ਐਂਡ ਆਈ ਮੈਂ ਹੋਰ ਜ਼ਿਆਦਾ ਥੈਂਕਫੁਲ ਹੋ ਰਹੀ ਹਾਂ ਰੱਬ ਦੀ ਕਿ ਜੋ ਮੈਨੂੰ ਦਿਨ ਵੇਖਣ ਨੂੰ ਮਿਲ ਰਿਹਾ। ਬਟ ਇੱਕ ਚੀਜ਼ ਮੈਨੂੰ ਜੋ ਬਾਕੀਆਂ ਨਾਲੋਂ ਡਿਫਰੈਂਟ ਮੇਰੇ 'ਚ ਫੀਲ ਹੋ ਰਹੀ ਹੈ, ਮੈਨੂੰ ਸਟਾਰਡਮ ਸਿਰ 'ਤੇ ਨਹੀਂ ਚੜ ਰਹੀ, ਮੈਨੂੰ ਉਹ ਹੋਰ ਜ਼ਮੀਨ 'ਤੇ ਲਿਆ ਰਹੀ ਹੈ, ਮੈਂ ਹੋਰ ਗਰਾਊਂਡਡ ਫੀਲ ਕਰ ਰਹੀ ਹਾਂ, ਮੈਂ ਹੋਰ ਇਨਸਾਨੀਅਤ ਫੀਲ ਕਰ ਰਹੀ ਹਾਂ, ਮੈਂ ਹੋਰ ਲੋਕਾਂ ਨਾਲ ਕਨੈਕਟ ਫੀਲ ਕਰ ਰਹੀ ਹਾਂ, ਰੈਦਰ ਦੈਨ ਕਿ ਮੈਂ ਹਵਾ 'ਚ ਉੱਡ ਰਹੀ ਹਾਂ। ਦਿਸ ਇਜ਼ ਵਾਟ ਔਨ ਮਾਈ ਪਰਸਨਲ ਲੈਵਲ ਇਜ਼ ਹੈਪਨਿੰਗ ਵਿਦ ਮੀ। ਹਰ ਕਿਸੇ ਦਾ ਆਪਣਾ ਕੌਲ ਹੈ, ਆਪਣਾ ਟੇਕ ਹੈ, ਕਿਸੇ ਨਾਲ ਕੁਛ ਐਕਸਪੀਰੀਅੰਸ ਹੈ, ਬਟ ਜਦੋਂ ਕੋਈ ਮੇਰੇ ਨਾਲ ਫੋਟੋ ਖਿਚਾਉਣ ਆਉਂਦਾ ਹੈ, ਐਵਰੀ ਸਿੰਗਲ ਟਾਈਮ ਵਟ ਥਿੰਕ ਕਮਜ਼ ਇਨ ਮਾਈ ਮਾਈਂਡ ਇਜ਼ ਥੈਂਕ ਯੂ ਵਾਹਿਗੁਰੂ। ਮਤਲਬ ਇਹ ਬਹੁਤ ਵੱਡੀ ਗੱਲ ਹੈ ਵੀ ਕੋਈ ਮੇਰੇ ਨਾਲ ਫੋਟੋ ਖਿਚਾ ਰਿਹਾ ਹੈ। ਆਬਵੀਅਸਲੀ ਆਬਵੀਅਸਲੀ। ਸੋ ਦਿਸ ਇਜ਼ ਵਾਟ ਮਾਈ ਫੀਲਿੰਗ, ਆਰ ਯੂ ਕੈਨ ਆਈ ਐਮ ਹੈਵਿੰਗ ਗੂਸਬੰਪਸ, ਬਟ ਦਿਸ ਇਜ਼ ਵਾਟ ਆਈ ਫੀਲ ਐਜ਼ ਐਨ ਇੰਡੀਵਿਜੂਅਲ ਨਾਊਡੇਜ਼। ਕਈ ਮੈਂ ਬਲੈਸਡ ਤਾਂ ਆਬਵੀਅਸਲੀ ਆਪਾਂ ਫੀਲ ਕਰਦੇ ਹਾਂ, ਮਤਲਬ ਮੈਂ ਤਾਂ ਬਹੁਤ ਜ਼ਿਆਦਾ ਬਲੈਸਡ ਫੀਲ ਕਰਦਾ,
ਕਿ ਇੰਨਾ ਸਟਰਗਲ ਕਰਨ ਤੋਂ ਬਾਅਦ 'ਚ ਇੰਨਾ ਕੁਛ ਮਿਲਿਆ ਤਾਂ ਉਹਦੀ ਫਿਰ ਤੁਹਾਨੂੰ ਜਿਹੜਾ ਮਜ਼ਾ ਹੋਰ ਵੀ ਆਉਂਦਾ। ਅਤੇ ਜਿਹੜੀ ਆਪਾਂ ਇੰਟਰੋ ਵੀ ਮੈਂ ਕੀਤੀ ਸੀ ਉਹਦੇ 'ਚ ਵੀ ਤਾਂ ਹੀ ਜਿਹੜੀ ਪਹਿਲੀ ਵੀਡੀਓ ਪਾਈ ਸੀ ਨਾ, ਅਤੇ ਉਹ ਐਕਚੁਅਲ 'ਚ ਮੇਰੀ ਪਹਿਲੀ ਵੀਡੀਓ ਸੀ ਜਿਹੜੀ ਮੈਂ ਯੂਟਿਊਬ 'ਤੇ ਪਾਈ ਸੀ। ਅਤੇ ਮੈਂ ਹੁਣ ਵੀ ਕਈ ਵਾਰੀ ਘਰ ਬੈਠਾ ਮੈਂ ਸੋਚਦਾ ਹੁੰਦਾ ਯਾਰ ਕਿੱਥੋਂ ਸ਼ੁਰੂ ਹੋਏ ਅਤੇ ਕਿੱਥੇ ਤੱਕ ਮਹਾਰਾਜ ਨੇ ਲੈ ਕੇ ਆਉਂਦਾ। ਅਤੇ ਸਭ ਤੋਂ ਵੱਡਾ ਜਿਹੜਾ ਲਿਖਣਾ ਮਿਲ ਗਿਆ ਉਸ ਤੋਂ ਉੱਪਰ ਤਾਂ ਕੁਛ ਹੋ ਹੀ ਨਹੀਂ ਸਕਦਾ, ਕਿਉਂਕਿ ਮੈਨੂੰ ਲੱਗਦਾ ਕਿ ਲਿਖਣਾ ਸਭ ਤੋਂ ਔਖਾ। ਜੇ ਵੈਸੇ ਤਾਂ ਕਦੇ ਹੁੰਦਾ ਨਹੀਂ, ਜੇ ਇੱਕ ਦੋ ਦਿਨ ਨਾ ਲਿਖਿਆ ਜਾਵੇ ਫਿਰ ਪਤਾ ਲੱਗਦਾ ਕਿ ਯਾਰ ਅੱਛਾ ਲਿਖਣਾ ਇਹ ਵੀ ਬਹੁਤ ਵੱਡੀ ਸ਼ੈ ਹੈ, ਬਹੁਤ ਵੱਡੀ, ਬਹੁਤ ਵੱਡੀ ਚੀਜ਼ ਹੈ। ਮੇਰਾ ਤਾਂ ਜਿਹੜੇ ਫੈਨ ਮੂਵਮੈਂਟਸ ਆ ਉਹ ਤਾਂ ਬਾਈ ਜਿੱਦਾਂ ਉਹੀ ਗੱਲ ਕਿ ਜਿੰਨਾ ਅੱਗੇ ਨੂੰ ਜਾ ਰਹੇ ਹਾਂ ਓਨਾ ਹੀ ਅਸੀਂ ਗਰਾਊਂਡਡ ਹੁੰਦੇ ਜਾਂਦੇ ਹਾਂ। ਈਵਨ ਕਈ ਵਾਰੀ ਕਿਤੇ ਸ਼ੋਅ ਸ਼ੂ 'ਤੇ ਜਾਂਦੇ ਹਾਂ ਤਾਂ ਨਾਲ ਜਦੋਂ ਸਿਕਿਉਰਿਟੀ ਵੀ ਹੁੰਦੀ ਹੈ, ਅਤੇ ਮੇਰਾ ਤਾਂ ਉਹਨਾਂ ਨੂੰ ਵੀ ਹੁੰਦਾ ਕਿ ਨਹੀਂ ਯਾਰ ਵੀ ਉਹ ਹਾਲੇ ਕਿ ਹੁੰਦਾ ਨਾ ਕਿ ਉਹਨਾਂ ਦੀ ਜੋਬ ਉਹਨਾਂ ਨੇ ਤੁਹਾਨੂੰ ਕੱਢ ਕੇ ਲੈ ਕੇ ਜਾਣਾ ਉੱਥੋਂ, ਹੈ ਨਾ। ਅਤੇ ਮੈਂ ਤਾਂ ਭਾਈ ਖੜ ਖੜ ਕੇ ਫੋਟੋਆਂ ਕਰਾ ਕੇ ਜਾਣਾ, ਮਸਾਂ ਟਾਈਮ ਆਇਆ ਯਾਰ। ਲੱਗਦਾ ਵੀ ਜਿਹਨੂੰ ਜ਼ਿੰਦਗੀ 'ਚ ਪਿਆਰ ਨਹੀਂ ਹੋਇਆ ਨਾ ਉਹਨੇ ਕਬਰਾਂ 'ਚ ਕੱਟੀ ਆਪਦੀ ਜ਼ਿੰਦਗੀ। ਵਾਹ ਵਾਹ, ਇਹ ਰੀਲ ਤਾਂ ਪੱਕੀ ਹੈ ਜੀ, ਇਹਦੇ ਪਿੱਛੇ ਬਸ ਇੱਕ ਫਲੂਟ ਲੱਗਣੀ ਅਤੇ ਇਹ ਖਤਮ ਹੋਣਾ ਕੰਮ। ਵੈਰੀ ਗੁੱਡ। ਨਹੀਂ ਉਹ ਬਸ ਕਬਰਾਂ 'ਚ ਹੀ ਹੈ। ਅੱਛਾ, ਤੁਹਾਨੂੰ ਪਿਆਰ ਹੋਇਆ? ਵੈਰੀ ਗੁੱਡ। ਪਰ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਲਵ ਇਜ਼ ਦ ਮੇਨ ਇਮੋਸ਼ਨ, ਬਾਕੀ ਸਭ ਉਹਦੇ ਸਭ ਬ੍ਰਾਂਚਸ ਨੇ। ਗੁੱਸਾ ਵੀ ਤੁਹਾਨੂੰ ਉਹਦੇ 'ਤੇ ਆਉਂਦਾ ਜਿੰਨਾ ਤੁਹਾਨੂੰ ਪਿਆਰ ਹੈ, ਸਹੀ ਹੈ। ਤੁਸੀਂ ਖਿੱਚਦੇ ਵੀ ਉਹਦੇ 'ਤੇ ਹੀ ਹੋ ਜਿੰਨਾ ਤੁਹਾਨੂੰ ਕੰਸਰਨ ਹੈ, ਓਬਵੀਅਸਲੀ। ਸੋ ਲਵ ਇਜ਼ ਦ ਮੇਨ ਇਮੋਸ਼ਨ ਐਂਡ ਆਈ ਐਮ ਦੈਟ ਸੋਰਟ ਆਫ ਪਰਸਨ। ਸੋ ਯੈਸ, ਦੈਟ ਹੈਪਨਡ। ਥਿੰਗਸ ਇੰਟਰਨਲੀ ਚੇਂਜਡ, ਬਟ ਆਈ ਫੀਲ ਆਈ ਐਮ ਸਟਰੋਂਗ ਇਨਫ ਦੈਟ ਆਈ ਕੀਪ ਮਾਈ ਥਿੰਗਸ ਅਪ ਟੂ ਮੀ। ਮੈਂ ਵੈਂਟ ਆਊਟ ਕਰਦੀ ਆਪਣੇ ਫਰੈਂਡਸ ਦੇ ਨਾਲ, ਮੈਂ ਸਿਰਫ ਪ੍ਰੋਬਲਮਸ ਦੱਸਦੀ ਹਾਂ ਮੇਰੇ ਅੰਦਰ ਕੀ ਹੈ, ਉਹ ਮੈਂ ਕਿਸੇ ਨੂੰ ਨਹੀਂ ਦੱਸਦੀ। ਦੈਟ ਆਈ ਕੀਪ ਵਿਦ ਮੀ ਬਿਕੋਜ਼ ਉਹ ਮੇਰਾ ਪਰਸਨਲ ਐਕਸਪੀਰੀਅੰਸ ਹੈ। ਮੈਨੂੰ ਲੱਗਦਾ ਜੇ ਮੈਂ ਵੰਡੂੰਗੀ ਤਾਂ ਉਹ ਵੰਡਿਆ ਜਾਏਗਾ। ਆਈ ਕੀਪ ਮਾਈ ਥਿੰਗਸ ਅਪ ਟੂ ਮੀ, ਆਈ ਇੰਜੋਏ ਦੈਮ। ਮੈਂ ਆਪਣਾ ਰੋਣਾ ਵੀ ਇੰਜੋਏ ਕਰਦੀ ਹਾਂ ਐਟ ਪੁਆਇੰਟ ਯਾਦ ਕਰਕੇ ਕਿ ਯਾਰ ਦੈਟ ਮੈਂ ਉਹ ਫੀਲ ਕੀਤੀ। ਵੱਖਰਾ ਸਵਾਦ ਹੈ ਯਾਰ। ਤੁਸੀਂ ਲਿਖਾਰੇ ਬੰਦੇ ਨੂੰ ਪਿਆਰ ਬਾਰੇ ਪੁੱਛ ਰਹੇ ਹੋ, ਕਿੱਥੋਂ ਆ ਰਿਹਾ ਇੰਨਾ ਪਿਆਰ ਤੁਹਾਡੇ 'ਚ? ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਜਿਹੜੇ ਉਹੀ ਗੱਲ ਕਿ ਜਿਹੜੇ ਇਨਸਾਨ ਨੂੰ ਕਦੇ ਪਿਆਰ ਨਹੀਂ ਹੋਇਆ ਅਤੇ ਉਹ ਆਇਆ ਨਾ ਆਇਆ ਇੱਕ ਬਰਾਬਰ ਹੀ ਹੈ। ਸੋ ਪਿਆਰ ਤਾਂ ਬਹੁਤ ਵੱਡੀ ਇੱਕ ਬਖਸ਼ਿਸ਼ ਹੈ, ਇੱਕ ਅਸੀਸ ਹੈ ਜਿਹਨੂੰ ਪਿਆਰ ਹੁੰਦਾ ਸਭ ਤੋਂ ਪਹਿਲਾਂ ਹੁੰਦਾ, ਅਤੇ ਜਿਹਨੂੰ ਮਿਲ ਜਾਵੇ ਫਿਰ ਉਹਦੇ ਵਰਗੀ ਤਾਂ ਕੋਈ ਦੁਨੀਆਂ 'ਤੇ ਉਹਦੇ ਵਰਗਾ ਕੁਛ ਨਜ਼ਾਰਾ ਹੀ ਨਹੀਂ ਹੈ ਜਿਹਨੂੰ ਪਿਆਰ ਕਰਕੇ ਮਿਲ ਵੀ ਜਾਵੇ। ਮੈਂ ਕ੍ਰੋਸ ਕੋਚ ਨਹੀਂ ਕਰਦੀ, ਤੁਹਾਡਾ ਸੋਰਸ ਆਫ ਲਵ ਕੀ ਹੈ? ਮਤਲਬ ਹਰ ਦੂਸਰੇ ਤੀਸਰੇ ਗਾਣੇ 'ਚ ਹਰ ਸਾਲ ਬਾਏ ਸਾਲ ਵਧੀ ਜਾਂਦਾ ਵਧੀ ਜਾਂਦਾ, ਐਸਾ ਕਿਆ ਸੋਰਸ ਆਫ ਲਵ ਹੈ ਤੁਹਾਡਾ? ਖਲਾਰਾ ਖਲੂਰਾ ਪੈ ਗਿਆ ਪਿਆਰ ਦਾ, ਹੈ ਨਾ। ਤੇ ਉਹਦੇ ਨਾਲ ਹੀ ਮੈਨੂੰ ਲੱਗਦਾ ਕਿ ਹੋਰ ਫੀਲ ਤੁਹਾਡੇ ਅੰਦਰ ਵੱਧ ਜਾਂਦਾ, ਤੁਸੀਂ ਮਹਿਸੂਸ ਕਰਨ ਦੀ ਜਿਹੜੀ ਤੁਹਾਡੇ 'ਚ ਪਾਵਰ ਆ ਉਹ ਹੋਰ ਵੱਧ ਜਾਂਦੀ ਹੈ। ਮੈਂ ਤਾਂ ਕਹਿੰਦਾ ਵੀ ਇਸ਼ਕ ਕਰੋ ਜਦ ਜ਼ਾਤ ਨਾ ਦੇਖੋ, ਦਿਨ ਨਾ ਦੇਖੋ, ਰਾਤ ਨਾ ਦੇਖੋ, ਦੇਖੋ ਤੋ ਬਸ ਦਿਲ ਕੀ ਮੁਹੱਬਤ, ਆਸ਼ਿਕ ਕੀ ਔਕਾਤ ਨਾ ਦੇਖੋ। ਬਸ ਇੰਨੀ ਗੱਲ ਹੈ ਪਿਆਰ ਦੇ। ਪਹਿਲੇ ਤਾਂ ਮੈਂ ਸਾਰਿਆਂ ਨੂੰ ਕਹੂੰਗੀ ਵੀ ਕਿਸੇ ਨੂੰ ਇਹ ਮੰਨਣ ਦੀ ਲੋੜ ਨਹੀਂ, ਬਿਕੋਜ਼ ਹਰ ਕਿਸੇ ਦੀ ਆਪਣੀ ਲਾਈਫ ਹੈ, ਹਰ ਕਿਸੇ ਦੀ ਆਪਣੀ ਸਿਚੁਏਸ਼ਨ ਹੈ, ਐਂਡ ਐਵਰੀਬਡੀ ਸਮਾਰਟ ਇਨਫ ਨਾਓਡੇਜ਼, ਈਵਨ ਆਰ ਕਿਡਸ ਆਰ ਬੋਰਨ ਅਪ 5G 4G, ਸਾਰੇ ਸਿਆਣੇ ਨੇ, ਸਭ ਨੂੰ ਪਤਾ। ਬਟ ਫੋਰ ਮਾਈ ਪਰਸਨਲ ਥਿੰਗ, ਮੈਂ ਇਹ ਚੀਜ਼ ਹੁਣ ਸਿੱਖੀ ਹੈ ਦੈਟ ਆਈ ਐਮ ਰਿਸਪੋਂਸੀਬਲ ਫੋਰ ਮਾਈ ਹੈਪੀਨੈਸ। ਮੈਂ ਆਪਦੇ ਆਪ ਨੂੰ ਆਪੇ ਖੁਸ਼ ਰੱਖੂੰਗੀ ਇਨ ਆਲ ਦ ਸਰਕਮਸਟਾਂਸਿਸ, ਪਲੱਸ ਜੋ ਮੇਰੇ ਆਸ ਪਾਸ ਜਿੰਨੇ ਲੋਕ ਹੋਣਗੇ ਮੈਂ ਉਹਨਾਂ ਨੂੰ ਵੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰ। ਵੈਰੀ ਗੁੱਡ। ਰੈਦਰ ਦੈਨ ਟੂ ਮਤਲਬ ਕੁਛ ਵੀ ਹੋਰ ਚੀਜ਼ ਨਹੀਂ, ਆਈ ਵਿਲ ਸਟੇ ਹੈਪੀ ਐਂਡ ਆਈ ਵਿਲ ਟਰਾਈ ਮਾਈ ਬੈਸਟ ਟੂ ਕੀਪ ਪੀਪਲ ਅਰਾਊਂਡ ਮੀ ਹੈਪੀ। ਸੋ ਦਿਸ ਇਜ਼ ਮਾਈ ਮੰਤਰਾ, ਬਿਕੋਜ਼ ਮੈਂ ਰੀਸੈਂਟਲੀ ਬਹੁਤ ਕੁਛ ਵੇਖਿਆ ਦੈਟ ਹੈਪਨਡ ਟੂ ਅਸ ਐਜ਼ ਅ ਫੈਮਿਲੀ। So what I have learned is we never know we are going to see another day or moment or not. Mainu nahi pata, sanu kise nu nahi pata ve assi agla pal vekhna hai ki nahi vekhna. True, so kada command, kada dukh, matlab jidon assi sharir chhad ke jana hai, sada eh sharir jide ch reh reha hai vi saad dena hai kise ne, ki kar rahe hai aap?
सो आई जस्ट वॉन्ट टू लिव एवरी मोमेंट गुड और बैड इट्स अ डिफरेंट थिंग लाइफ है उन्हें जिंदगी वो खानी भी खानी है बट आई बी इन द मोमेंट आई स्टे हैप्पी जिन्ना जीऊँगी हंसते जीऊँगी जिन्ना नु आस पास रखूंगी हंसता रखूंगी दैट्स इट दैट्स माय मैं इस तो ऊपर की कहूँ यार उसके कहने गुण मैं अमृता प्रीतम जी सामने की बोला है मतलब भाई वही गल है कि एक ना भी इको एक जिंदगी है तो हर एक मोमेंट थोड़े लिए एक गिफ्ट है तो मैं वो मतलब एक दो लाइन सीगे मैं लिखिया तो वह गाना ही है बेसिकली वो कहता कि जियो सजनों जीन दो जियो सजनों ते जीन दो ओ साडा प्यार रता ना ठुकरायो ज्योंदे जी लावो महफिलां ओ मरियां ते मिले ना लायो ज्योंदे जी लावो महफिलां सो जिंदगी है यार जिन्ना इनू जीवांगे एक एक पल जिन्ने सवाल ना जीओगे ना तो जिंदगी थोनू उस तो वध थोड़ी होके मिलूगी ਤਾਂ ਜ਼ਿੰਦਗੀ ਨੂੰ ਬਾਹਾਂ 'ਚ ਲੈ ਕੇ ਨਾ ਭਰ ਲਓ ਬਸ ਜਦੋਂ ਬੰਦਾ ਵੈਂਟੀਲੇਟਰ 'ਤੇ ਪਿਆ ਨਾ ਉਹਨੂੰ ਪਤਾ ਲੱਗਦਾ ਕਿ ਅੱਛਾ ਯਾਰ ਸਾਹ ਵੀ ਮੁੱਲ ਦੇ ਮਿਲਦੇ ਨੇ ਨਾ ਤਾਂ ਤੁਹਾਨੂੰ ਰੱਬ ਨੇ ਬਹੁਤ ਕੁਛ ਦਿੱਤਾ ਯਾਰ ਆਨੰਦ ਲਓ ਬਸ ਇੱਕ ਕਿੱਸਾ ਕਿ ਮੈਨੂੰ ਨਾ ਸਰਦੂਲ ਭਾਅ ਜੀ ਨਾਲ ਮੇਰੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਸੀ ਅਤੇ ਭਾਅ ਜੀ ਨੇ ਕਹਿਣਾ ਯਾਰ ਤੂੰ ਖੰਨੇ ਨਹੀਂ ਆਇਆ ਮੈਂ ਆਪਾਂ ਘਰ ਬੈਠਦੇ ਹਾਂ ਅਤੇ ਮੈਂ ਕਹਿਣਾ ਭਾਅ ਜੀ ਮੈਂ ਆਊਂਗਾ ਆਪਾਂ ਮਿਲਦੇ ਹਾਂ ਜੀ ਫਿਰ ਉਹਨਾਂ ਨੇ ਕਹਿਣਾ ਇੱਕ ਵਾਰੀ ਉਹ ਰਾਏਕੋਟ ਗਏ ਤਾਂ ਮੈਂ ਰਾਏਕੋਟ ਨਹੀਂ ਸੀ ਉਦੋਂ ਵੀ ਨਹੀਂ ਮਿਲ ਹੋਇਆ ਮਤਲਬ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਹੈ ਨਾ ਆਪਾਂ ਉਹਨੂੰ ਫੋਰ ਗ੍ਰੰਟਰ ਲੈਂਦੇ ਹਾਂ ਆਪਾਂ ਨੂੰ ਲੱਗਦਾ ਕਿ ਇੱਥੇ ਹੀ ਆ ਅੱਜ ਨਹੀਂ ਕੱਲ੍ਹ ਨਹੀਂ ਤਾਂ ਪਰਸੋਂ ਮਿਲਾਂਗੇ ਤਾਂ ਮੈਂ ਅੱਜ ਯੂ ਐਸ ਪਹੁੰਚਿਆ ਅਤੇ ਮੈਂ ਨਾਲ ਹੀ ਨਿਊਜ਼ ਦੇਖੀ ਕਿ ਸਰਦੂਲ ਭਾਅ ਜੀ ਦੀ ਹਾਲਤ ਬੜੀ ਖਰਾਬ ਹੋ ਗਈ ਹੈ ਨਾ ਅਤੇ ਮੈਂ ਉਹਨਾਂ ਦੇ ਬੇਟੇ ਨੂੰ ਮੈਸੇਜ ਕੀਤਾ ਸਾਰੰਗ ਨੂੰ ਮੈਂ ਕਿਹਾ ਯਾਰ ਕਿੱਦਾਂ ਭਾਅ ਜੀ ਕਹਿੰਦਾ ਵੀਰੇ ਹਾਂਜੀ ਹੁਣ ਠੀਕ ਹੈ ਰੱਬ ਕਰੇ ਛੇਤੀ ਠੀਕ ਹੋ ਜਾਣਾ ਇੱਦਾਂ ਇੱਦਾਂ ਮਤਲਬ ਉਸ ਤੋਂ ਦੋ ਕੁ ਘੰਟੇ ਬਾਅਦ ਮੈਂ ਦੇਖਦਾ ਕਿ ਉਹਨਾਂ ਦੀ ਡੈਥ ਹੋ ਗਈ ਤਾਂ ਮਤਲਬ ਮੈਨੂੰ ਇਹ ਲੱਗਦਾ ਵੀ ਉਸ ਤੋਂ ਵੱਡਾ ਮੈਨੂੰ ਮੇਰੇ ਲਈ ਕੋਈ ਉਹ ਨਹੀਂ ਸੀਗਾ ਕਿ ਕੋਈ ਸ਼ਰਾਪ ਨਹੀਂ ਸੀ ਕਿ ਯਾਰ ਮੈਂ ਉਹਨਾਂ ਨੂੰ ਮਿਲ ਹੀ ਨਹੀਂ ਸਕਿਆ ਮਤਲਬ ਹਾਲਾਂਕਿ ਮੈਂ ਪਹਿਲਾਂ ਮਿਲਿਆ ਇੱਕ ਦੋ ਵਾਰ ਪਰ ਜਿਵੇਂ ਮੈਂ ਚਾਹੁੰਦਾ ਸੀ ਕਿ ਮੈਂ ਉਹਨਾਂ ਨਾਲ ਬੈਠਾਂ ਕਿਉਂਕਿ ਮੈਂ ਉਹਨਾਂ ਦਾ ਬੜਾ ਫੈਨ ਸੀ ਉਹ ਚਮਕੀਲਾ ਸਾਹਿਬ ਦੇ ਨਾਲ ਰਿਹਾ ਤਾਂ ਮੈਨੂੰ ਸੀਗਾ ਕਿ ਮੈਂ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਕਿੱਦਾਂ ਕਿੱਦਾਂ ਸੀ ਨਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਕੁਛ ਵੀ ਤੁਸੀਂ ਕਰਨਾ ਨਾ ਤਾਂ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਉਦੋਂ ਕਰ ਲਓ ਇਹ ਨਾ ਹੋਵੇ ਕਿ ਆਪਾਂ ਕੱਲ੍ਹ ਕਰੀਏ ਪਰਸੋਂ ਕਰੀਏ ਉਹ ਚੱਕਰ 'ਚ ਫਿਰ ਲੇਟ ਹੋਏ ਮੈਂ ਐਲਪੀ ਆ ਰਹੀ ਹੈ ਆਲ ਇਨ ਵਨ ਐਲਪੀ ਦਾ ਨਾਮ ਹੈ ਅਤੇ ਪਹਿਲਾ ਗਾਣਾ ਅਸੀਂ ਇਕੱਠੇ ਨੇ ਕੀਤਾ ਜਾ ਤੇਰੇ ਬਿਨਾ ਪਹਿਲਾ ਗਾਣਾ ਸਾਡਾ ਉਹ ਆ ਰਿਹਾ ਐਲਪੀ ਦਾ ਵੀ ਅਤੇ ਉਹ ਵੀ ਸਾਡੇ ਕਰੀਅਰ ਦਾ ਵੀ ਪਹਿਲਾ ਗਾਣਾ ਹਾਂਜੀ ਮੈਂ ਬੜਾ ਥੈਂਕਫੁਲ ਹਾਂ ਤਾਨੀਆ ਜੀ ਨੇ ਕੰਮ ਕੀਤਾ ਸਾਡੇ ਨਾਲ ਮੈਂ ਇਹਨਾਂ ਨੂੰ ਕਈ ਗਾਣੇ ਸੁਣਾਏ ਇਹਨਾਂ ਨੂੰ ਇਹ ਗਾਣਾ ਸਭ ਤੋਂ ਵਧੀਆ ਲੱਗਿਆ ਮੈਨੂੰ ਯਾਦ ਹੈ ਆਈ ਰਿਮੈਂਬਰ ਕਿੰਨੇ ਸਾਰੇ ਗਾਣੇ ਆਏ ਸੀ ਤੇ ਮਤਲਬ ਬੜਾ ਵਧੀਆ ਲੱਗ ਰਿਹਾ ਯਾਰ ਮੈਂ ਬੜਾ ਇਮੋਸ਼ਨਲ ਹੋ ਜਾਂਦਾ ਮੈਂ ਕਈ ਵਾਰੀ ਹੁਣ ਵੀ ਮਤਲਬ ਸੱਤ ਕਨਾਲਾਂ ਤੋਂ ਬਾਅਦ ਐਕਚੁਅਲ 'ਚ ਜਿਹੜੇ ਚਾਰ ਪੰਜ ਗਾਣੇ ਇਕੱਠੇ ਇਹ ਦੂਜੀ ਵਾਰੀ ਆ ਰਹੇ ਨੇ ਪਹਿਲੀ ਐਲਬਮ ਸੀ ਤਾਂ ਦੂਸਰੀ ਐਲਪੀ ਹੈ ਅਤੇ ਬਹੁਤ ਵੱਡੀ ਗੱਲ ਆ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਆਪਣੇ ਗਾਣੇ ਵੀ ਕਦੇ ਦੇਖੂੰਗਾ ਯੂਟਿਊਬ 'ਤੇ ਤਾਂ ਉਹ ਚੀਜ਼ਾਂ ਜਦੋਂ ਹੁਣ ਦੇਖਦੇ ਹਾਂ ਬਹੁਤ ਵੱਡਾ ਲੱਗਦਾ